أما بعد فأعوذ بالله السميع العليم من الشيطان الرجيم. بسم الله الرحمن الرحيم. يا أيها الذين آمنوا قوا أنفسكم وأهليكم نارا. میرے معزز سامعین کرام، دین دی نسبت نال تواڈے نال پہلی دفعہ اس مسجد دے اندر ملاقات دا شرف حاصل ہو رہا ہے، اور محترم بھائی عمیر صاحب انہاں دی دعوت تے میں اس مقام تے تواڈے نال چند ایک گزارشات معروضات بیان کرنا چاہنا. میرے بزرگ عالم دین حضرت مولانا قاری محمد حنیف ربانی صاحب حافظہ اللہ تعالی متان اللہ بطول حیاتی، انہاں دی موجودگی دے اندر میں کچھ بیان کراں تو اس نو سوئے ادبی دے مترادف سمجھنا، لیکن الامر و فوق الادب محترم بھائی عمیر صاحب نے حکم دیتا اور انہاں کیا کہ اصلاح معاشرہ تے دو چار بات عرض کرنیاں نے. میرے معزز سامعین کرام، اس بات وچ کوئی شک نہیں کہ جنت بھی حقیقت ہے اور جہنم بھی حقیقت ہے. گل سمجھ آ رہی ہے کہ میں بھی اردو شروع کرا؟ آ رہی ہے نا سمجھ؟ جنت بھی حقیقت ہے تے جہنم بھی حقیقت ہے. نبی کریم صلی اللہ علیہ وسلم دی صحیح حدیث ہے، فرمایا ایک بندہ دنیا دے اتے جس نے عیش و عشرت دی زندگی بسر کیتی، کوئی ہم تے غم نہیں دیکھیا، قیامت نو اللہ رب العزت دے دربار دے اندر اس نو پیش کیتا جائے گا اور اللہ کہیں گے اے میرے فرشتو، اس بندے نو لے جو، اس نو میری جہنم دا وزٹ کراؤ، اس نو سروے کراؤ، جہنم دا ایک نظارہ کرایا جائے گا. واپس اللہ رب العزت اس نو پوچھن گے، سنا میرے بندے، دنیا تے بڑی عیش و عشرت گزارنے والا ہے، نوکر چاکر ہم تے غم اس دے پاس نہیں آیا، سنا میرے بندے دنیا دی زندگی کس طرح دی گزری؟ توجہ میرے ور رہے. تقریر 10 منٹ دی بجائے گھنٹے دی بجائے تھوڑا ٹائم سن لو، مگر سنو توجہ نال. اس گل دا کوئی فائدہ نہیں جڑی توجہ نال نہ سنی جائے. امام شافی رحمت اللہ علیہ فرماندے نے، اگر اللہ تعالیٰ پورا قرآن نازل نہ کر دے، صرف سورۃ الاثر ہی نازل کر دیں دے، تو انسانیت دی ہدایت واسطے سورۃ الاثر ہی کافی سی. کہ اللہ تعالیٰ نے اس کے اندر جو مطلوب ہوئی مضامین نے وہ سارے دے سارے بیان کر دیتے. تو میرے معزز سامعین، توجہ نال گزارشات سننی ہیں. اللہ فرماندے نے، بندے دس تیری دنیا دی زندگی کیویں دی گزری؟ ایک کہے گا جس نے دنیا کدی دکھ نہیں ویکھیا، آسائش اور بہترین زندگی گزارنے والا. ایک کہے گا جہنم دا ایکو نظارہ کر کے، کہے گا اللہ جنی دیر تک میں دنیا چ رہا میں کدی سکھ ویکھیا ہی نہیں.
ਮੈਨੂੰ ਕਦੀ ਖੁਸ਼ੀ ਆਈ ਨਹੀਂ, ਰਾਹਤ ਮੈਨੂੰ ਕਦੀ ਮੁਯੱਸਰ ਨਹੀਂ ਹੋਈ। ਜਹੰਨਮ ਦੇ ਇੱਕੋ ਨਜ਼ਾਰੇ ਨੇ ਦੁਨੀਆ ਦੀ ਖੁਸ਼ੀ ਨੂੰ ਮੁਸਰਤ ਨੂੰ ਪਲਾ ਦੇਣਾ। ਪਰ ਇੱਕ ਉਹ ਬੰਦਾ ਹੈ ਕਿ ਜਿਸ ਨੇ ਦੁਨੀਆ 'ਤੇ ਬੜੇ ਦੁੱਖ ਦੇਖੇ, ਬੜੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ, ਬੜੀਆਂ ਪਰੇਸ਼ਾਨੀਆਂ ਔਰ ਤਕਲੀਫ ਦਾ ਸਾਹਮਣਾ ਕੀਤਾ, ਲੇਕਿਨ ਇਸ ਦੀ ਜ਼ਬਾਨ 'ਤੇ ਕਦੀ ਅੱਲਾਹ ਦਾ ਸ਼ਿਕਵਾ ਨਹੀਂ ਆਇਆ, ਸ਼ਿਕਾਇਤ ਨਹੀਂ ਇਸਨੇ ਕੀਤੀ। ਅੱਲਾਹ ਫਰਮਾਉਂਦੇ ਨੇ, ਮੇਰੇ ਫਰਿਸ਼ਤਿਓ ਲਿਆਓ, ਇਸ ਨੂੰ ਜੰਨਤ ਦਾ ਵਿਜ਼ਿਟ ਕਰਾਓ, ਜੰਨਤ ਦਾ ਸਰਵੇ ਕਰਾਓ, ਜੰਨਤ ਦਾ ਇੱਕ ਨਜ਼ਾਰਾ ਕਰਾਇਆ ਜਾਏਗਾ। ਅੱਲਾਹ ਪੁੱਛਣਗੇ, ਸੁਣਾ ਮੇਰੇ ਬੰਦੇ, ਦੁਨੀਆ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਗੁਜ਼ਰੀ? 60-70 ਸਾਲ ਤੈਨੂੰ ਜ਼ਿੰਦਗੀ ਮਿਲੀ, ਇਸ ਜ਼ਿੰਦਗੀ ਦੇ ਅੰਦਰ ਇਹਨੂੰ ਦੁੱਖ ਬੜੇ ਆਏ, ਮੁਸੀਬਤਾਂ ਬੜੀਆਂ ਆਈਆਂ, ਲੇਕਿਨ ਇਸਨੇ ਕਦੀ ਜ਼ਬਾਨ 'ਤੇ ਗਲਤ ਬਾਤ ਨਹੀਂ ਕੀਤੀ, ਅੱਲਾਹ ਦੀ ਸ਼ਿਕਾਇਤ ਨਹੀਂ ਕੀਤੀ। ਮੁਸੀਬਤ ਆਈ ਹੈ, ਅਲਹਮਦੁਲਿਲਾ ਕਹਿ, ਇੰਨਾ ਲਿਲਾ ਕਹਿ, ਅੱਲਾਹ ਦੀ ਤਾਰੀਫ ਕੀਤੀ ਹੈ, ਅੱਲਾਹ ਦੀ ਹਮਦੋ ਸਨਾ ਬਿਆਨ ਕੀਤੀ ਹੈ। ਅੱਲਾਹ ਫਰਮਾਨਗੇ, ਮੇਰੇ ਬੰਦੇ ਦੱਸ, ਦੁਨੀਆ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਗੁਜ਼ਰੀ ਹੈ? ਇਹ ਕਹੇਗਾ, ਅੱਲਾਹ ਮੈਂ ਸਾਰੀ ਜ਼ਿੰਦਗੀ ਕਦੀ ਦੁੱਖ ਵੇਖਿਆ ਹੀ ਨਹੀਂ, ਜੰਨਤ ਦਾ ਇੱਕੋ ਨਜ਼ਾਰੇ ਨੇ ਦੁਨੀਆ ਦੇ ਸਾਰੇ ਦੁੱਖਾਂ ਨੂੰ ਖਤਮ ਕਰ ਦੇਣਾ। ਤੋ ਕਿਰਪਿਓ ਨਾ ਉਸ ਜੰਨਤ ਵਾਸਤੇ ਤਿਆਰੀ ਕਰੀਏ, ਉਸ ਜਹੰਨਮ ਤੋਂ ਬਚਣ ਵਾਸਤੇ ਤਿਆਰੀ ਕਰੀਏ। ਔਰ ਅੱਲਾਹ ਦਾ ਕੁਰਾਨ ਕੀ ਆਉਂਦਾ? ਅੱਲਾਹ ਆਉਂਦੇ ਨੇ, ਮੇਰੇ ਮਹਿਬੂਬ ਪੈਗੰਬਰ ਸੈਯਦਿਨਾ ਵਾ ਮੌਲਾਨਾ ਜਨਾਬ ਮੁਹੰਮਦ ਰਸੂਲੁਲ੍ਲਾਹ, ਗੱਜ ਕੇ ਕਹੋ ਸੱਲੱਲਾਹੁ ਅਲੈਹਿ ਵਸੱਲਮ, ਲੋਕਾਂ ਦੇ ਭੁਲੇਖੇ ਨਿਕਲ ਜਾਣ, ਦਰੂਦ ਨਹੀਂ ਪੜ੍ਹਦੇ, ਕਹੋ ਸੱਲੱਲਾਹੁ ਅਲੈਹਿ ਵਸੱਲਮ। ਅੱਲਾਹ ਦੇ ਨੇ, ਮੇਰੇ ਮਹਿਬੂਬ, ਜ਼ਰਾ ਮੇਰੀ ਉਮਤ ਨੂੰ, ਮੇਰੇ ਕੁਮ ਲੋਕਾਂ ਨੂੰ, ਆਪਣੀ ਉਮਤ ਨੂੰ ਇਸ ਬਾਤ ਤੋਂ ਆਗਾਹ ਕਰੋ ਨਾ, ਯਾ ਅਯੂ ਅਲਜ਼ੀਨਾ ਆਮਨੂ ਕੋ ਅਲਫੁਸਕੁਮ ਵਅਹਲੀਕੁਮ ਨਾਰਾ। ਅੱਲਾਹ ਦੇ ਨੇ, ਈਮਾਨ ਦਾ ਦਾਵਾ ਕਰਨੇ ਵਾਲੋ, ਕੋ ਅਲਫੁਸਕੁਮ ਵਅਹਲੀਕੁਮ ਨਾਰਾ, ਆਪਣੇ ਆਪ ਨੂੰ ਵੀ ਅਤੇ ਆਪਣੇ ਅਹਿਲੋ ਅਯਾਲ ਨੂੰ ਜਹੰਨਮ ਦੀ ਅੱਗ ਤੋਂ ਬਚਾ ਲਵੋ। ਇੱਕ ਹਦੀਸ ਸੁਣਾਂਗਾ ਅਤੇ ਆਪਣੀ ਬਾਤ ਖਤਮ ਕਰਾਂਗਾ। ਨਬੀ ਅਲੈਹਿ ਸਲਾਤੁ ਵਸਲਾਮ ਨੇ ਕੁਰਾਨ ਪਾਕ ਨੂੰ ਲੋਕਾਂ ਦੇ ਸਾਹਮਣੇ ਬਿਆਨ ਫਰਮਾਇਆ। ਹਜ਼ਰਤ ਉਕਬਾ ਬਿਨ ਅਮਰ ਰਜ਼ੀ ਅੱਲਾਹੁ ਤਾਲਾ ਨੂੰ ਫਰਮਾਉਂਦੇ ਨੇ, ਮਨ ਲਚਾਤਾ ਯਾ ਰਸੂਲ ਅੱਲਾਹੀ ਸੱਲੱਲਾਹੁ ਅਲੈਹਿ ਵਸੱਲਮ, ਸੋਨਿਆ ਇਸ ਬਾਤ ਦਾ ਤੁਸਾਂ ਐਲਾਨ ਕਰ ਦਿੱਤਾ, ਜਹੰਨਮ ਤੋਂ ਆਪੀ ਵੀ ਬਚਣਾ ਹੈ, ਆਪਣੇ ਬੀਵੀ ਬੱਚਿਆਂ ਨੂੰ ਵੀ ਬਚਾਉਣਾ ਹੈ, ਅਤੇ ਨਜਾਤ ਕਿਵੇਂ ਮਿਲ ਸਕਦੀ ਹੈ, ਜਹੰਨਮ ਤੋਂ ਖਲਾਸੀ ਕਿਵੇਂ ਮਿਲ ਸਕਦੀ ਹੈ, ਜਹੰਨਮ ਤੋਂ ਛੁਟਕਾਰਾ ਕਿਵੇਂ ਮਿਲ ਸਕਦਾ ਹੈ? ਮੇਰੇ ਔਰ ਪੀਰੋ ਮੁਰਸ਼ਦ ਜਨਾਬ ਮੁਹੰਮਦ ਰਸੂਲੁਲ੍ਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਤਿੰਨ ਚੀਜ਼ਾਂ ਇਖਤਿਆਰ ਕਰ ਲਓ, ਅੱਲਾਹ ਜਹੰਨਮ ਤੋਂ ਖਲਾਸੀਆਂ ਤਾਂ ਕਰ ਦੇਣਗੇ। ਫਰਮਾਇਆ, ਅਮਲਿਕਾ ਅਲੈਕਾ ਲਿਸਾਨਕ, ਐ ਮੇਰੇ ਸਹਾਬੀ, ਅਗਰ ਜਹੰਨਮ ਤੋਂ ਨਜਾਤ ਚਾਹੁੰਦੇ ਹੋ ਤਾਂ ਆਪਣੀ ਜ਼ਬਾਨ ਨੂੰ ਕਾਬੂ ਦੇ ਅੰਦਰ ਰੱਖੋ। ਅੱਜ ਸਾਡੀ ਸੁਸਾਇਟੀ ਦਾ ਵਿਗਾੜ ਔਰ ਫਸਾਦ, ਜ਼ਬਾਨ ਨੂੰ ਬੇਕਾਬੂ ਰੱਖਣਾ। ਜ਼ਬਾਨ ਬੇਕਾਬੂ ਨਹੀਂ, ਬੜੇ ਛੋਟੇ ਦੀ ਤਮੀਜ਼ ਨਹੀਂ, ਜ਼ਬਾਨ 'ਤੇ ਗਾਲੀ ਗਲੋਚ ਹੈ, ਜ਼ਬਾਨ 'ਤੇ ਬੁਰੀਆਂ ਬਾਤਾਂ ਨੇ। ਅਗਰ ਜਹੰਨਮ ਤੋਂ ਨਜਾਤ ਚਾਹੁੰਦੇ ਹੋ, ਆਪਣੀ ਜ਼ਬਾਨ ਨੂੰ ਕਾਬੂ ਦੇ ਅੰਦਰ ਰੱਖੋ। ਕਿਉਂ? ਮਾ ਅਲਫਿਜ਼ੁ ਮਿਨ ਕੌਲਿਨ ਇਲਾ ਲਦੈਹਿ ਰਕੀਬੁਲ ਅਦੀਬ, ਜ਼ਬਾਨ ਤੋਂ ਜੋ ਵੀ ਲਫ਼ਜ਼ ਅਦਾ ਹੁੰਦਾ ਹੈ, ਜੋ ਵੀ ਜ਼ਬਾਨ ਹਰਕਤ ਕਰਦੀ ਹੈ, ਤੇਰੀ ਇਸ ਜ਼ਬਾਨ ਦੀ ਮੂਵਮੈਂਟ ਨੂੰ
तेरे फरिश्ते मोढ़ियां ते बैठे केरा मलका ते बील ओ नोट करते जा रहे ने केरा मलका ते बील यालमूना मा तफालो। ऐसा बंदा बदबخت होएगा जिदा कानून नामा माल ओदे सामने कीता जाएगा ओदे नामा माल दे अंदर गालियां लिखियां होल गियां ओदे नामा माल दे अंदर चुगल खोरियां होल गियां ओदे नामा माल अंदर गीबतां होल गियां ओदे नामा माल दे अंदर गंदियां बातां होल गियां और अल्लाह कह लगे इकरा किताबा का कफा बिनफ्से कल यौम अलैका हसीबा। ए बंदे आजे नामा माल अपना पढ़ना अपनी जिंदगी लाइफ बुक जड़ी है इसका मुताला कर इसकी स्टडी कर इकरा किताबा का। मैं और तुसी सारे ते सारे अपनी जिंदगी दी किताब लिख रहे हैं और इस जिंदगी दी किताब दा एक एक वर्क जड़ा है पलटिया जा रहे है। एक वक्त आएगा मैं और तुसी अपनी जिंदगी दी इस किताब दा आखिरी वर्क पलटना होवांगे और फिर एक दिन ऐसा भी आएगा जितना आखिरी वर्क पलटिया जाएगा इस किताब नू बंद कर दिता जाएगा और बंद करके इसनू दाखिल दफ्तर कर दिता जाएगा। इस किताब दे अंदर तेरी जिंदगी ते मेरी जिंदगी दी हरकत तो सकनात नू महफूज कर दिता गया है सेव कर दिता गया है सारे दा सारा डाटा दे अंदर महफूज है और अल्लाह कहणगे इकरा किताब कफा बी नफसी कल यौमा अलैका हसीबा। ऐ मेरे बंदे अपने इस किताब नू नामा माल नू पढ़ना ओ कैसा बंदा होएगा जदों ओदे सामने नामा माल खुलेगा ते गालियां ही गालियां होनगियां तबर्रा बाजियां ही होनगियां कीचड़ उछालने ही होनगे चुगलखोरियां ही होनगियां गीबतां ही होनगियां चोरियां ही होनगियां डकैतियां ही होनगियां फसाद ही होनगे। लेकिन दूजे पासे ओ भी बंदा है जिदे नामा माल अंदर सुभान अल्लाह दियां सदावां लगियां होल गियां अल्लाह अकबर दियां सदावां लगियां होल गियां। मेरे मौजूद सामेईन मैं बात नू दूर नहीं लेके जाना चाहता मुख्तसर जी बात करना चाहता। अगा फरमाते ने अमलिक लिसानक अपनी जबान नू काबू दे अंदर रखना है वलिया सा कफी बैठी का। अगर जहन्नम तो खलासी चाहते हो अपने आप नू अपने घर की चार दीवारी दे अंदर काफी समझो तुसी जहन्नम तो नजात पहुँचाओगे। और तीसरा अमल नबी अलैहिस्सलातु वस्सलाम ने फरमाया व अबके आला खतियती का अपने गुनाहों ते नादिम हो के ते पशिमा हो के रब दे सामने कदी रोया भी करना ओ तेरे रोन दे अंदर तेरे आंसू गिरान अंदर ते देर हो सकती है अल्लाह दे राजी होने च कोई देर नहीं हो सकती। व मैयामल सुअल औ यज़लिम नफ्सहु सुम्मा यस्तग़फिरिल्लाह यजिदिल्लाह गफूरर रहीमा। इस यहाँ से कभी हमने किनारा न किया असी कदी नाफरमानियां तो अपने आप नू बचान की कोशिश ही नहीं करते गुनाहों तो बचान की कोशिश ही नहीं करते। जे गुनाह हो जाते ने साड़ियां अखा नदामत दे आंसू नहीं बहलदियां पशेमानी दे आंसू नहीं बहलदियां असी अल्लाह दे सामने तौबा इस्तगफार नहीं करते। इस यहाँ से कभी हमने किनारा न किया तूने दिल आज़ुर्दा हम हमारा न किया हमने तो बहुत की जहन्नम की तदबीर मगर तेरी रहमत ने गवारा न किया।
मगर तेरी रहमत ने गवारा न किया। अपनी जबान काबू के अंदर रखो वली असा काफी बैती कर अपने आप न कर दी चार दीवारी अंदर काफी समझो वाब के आला खती का अपने गुना खाते नादिम होके ते पशीमा होके अल्लाह के सामने कदी कदी रोया भी करो। अल्लाह जहन्नम तो खलासियां अता कर देंगे जन्नत दाखला अता कर देंगे। वाखिर दावाना अलहम्दुलिल्लाह।